Please subscribe our channel for latest updates. ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਨੇ। ਇਹ ਚੋਣ ਵੋਟਾਂ ਰਾਹੀਂ ਹੋਈ। ਪ੍ਰਧਾਨਗੀ ਲਈ 169 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਲੌਂਗੋਵਾਲ ਨੂੰ 154 ਤੇ ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਮਿਲੀਆਂ। ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਉਹਨਾਂ ਦੇ ਨਾਂ ਐਲਾਨ ਕੀਤੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਤੇ ਵਿਰੋਧੀ ਧੜੇ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਵਿਚਲੇ ਸਿੰਘ ਫਸਣ ਮਗਰੋਂ ਪ੍ਰਧਾਨਗੀ ਦਾ ਫੈਸਲਾ ਵੋਟਾਂ ਰਾਹੀਂ ਹੋਇਆ। ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਤੇ ਸਰਬਸੰਮਤੀ ਦੀ ਅਪੀਲ ਕੀਤੀ, ਪਰ ਵਿਰੋਧੀ ਧੜਾ ਨਾ ਮੰਨਿਆ। ਉਹਨਾਂ ਨੇ ਵੋਟਾਂ ਰਾਹੀਂ ਚੋਣ ਕਰਾਉਣ ਦੀ ਮੰਗ ਕੀਤੀ, ਇਸ ਲਈ ਪਰਚੀਆਂ ਰਾਹੀਂ ਵੋਟਿੰਗ ਹੋਈ। ਸਾਬਕਾ ਜਨਰਲ ਸਕੱਤਰ ਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਸਮਰਥਕ ਸੁਖਦੇਵ ਸਿੰਘ ਭੋਰ ਵੱਲੋਂ ਬਣਾਏ ਪੰਥਕ ਫਰੰਟ ਕੋਲ 22 ਮੌਜੂਦਾ ਮੈਂਬਰ ਤੇ ਕੁਝ ਸਾਬਕਾ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਉਹਨਾਂ ਨੂੰ ਸਿਰਫ 15 ਵੋਟਾਂ ਹੀ ਮਿਲੀਆਂ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਦਾ, ਔਰ ਮੈਂ ਧੰਨਵਾਦੀ ਹਾਂ ਸਾਰੇ ਮੈਂਬਰ ਸਾਹਿਬਾਨਾਂ ਦਾ, ਔਰ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਨੂੰ ਮੁੱਖ ਸੇਵਾਦਾਰ ਜਿਹੜਾ ਹੈ ਚੁਣਿਆ। ਮੈਂ ਸਤਿਗੁਰੂ ਅੱਗੇ ਅਰਦਾਸ ਕਰਦਾ, ਸਤਿਗੁਰੂ ਮਾਰ ਕਿਰਪਾ ਕਰਨ, ਮੇਰੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਥੋਂ ਇਹ ਸੇਵਾ ਲੈਣ, ਔਰ ਮੈਂ ਪੂਰਨ ਤੌਰ 'ਤੇ ਔਰ ਤਨ ਮਨ ਧਨ ਨਾਲ ਜਿਹੜੀ ਹੈ ਇਹ ਸੇਵਾ ਕਰਾਂਗਾ। ਗੁਰਮਤਿ ਦੀ ਲਹਿਰ ਚੱਲ ਰਹੀ ਹੈ, ਧਰਮ ਪ੍ਰਚਾਰ ਦੀ ਲਹਿਰ ਚੱਲੀ ਹੈ, ਉਹਨੂੰ ਹੋਰ ਤੇਜ਼ ਕਰਨਾ ਔਰ ਸਾਰੇ ਮੈਂਬਰ ਸਾਹਿਬਾਨਾਂ ਦਾ ਪੂਰਾ ਮਾਣ ਸਨਮਾਨ ਕਰਨਾ ਅਤੇ ਹਰ ਹਲਕੇ ਵਿੱਚ ਜਾ ਕੇ ਹਰ ਜਿਹੜਾ ਮੈਂਬਰ ਦੇ ਨਾਲ ਜਾ ਕੇ ਜਿਹੜੀ ਇਹ ਲਹਿਰ ਨੂੰ, ਗੁਰਮਤਿ ਦੀ ਲਹਿਰ ਹੈ, ਸਿੱਖੀ ਦੀ ਲਹਿਰ ਹੈ, ਇਹਨੂੰ ਹੋਰ ਅੱਗੇ ਲੈ ਕੇ ਜਾਣਾ। ਪਹਿਲੀ ਤਰ੍ਹਾਂ ਨਾਰਾਜ਼ਗੀ ਆਈ, ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਔਰ ਮੈਂ ਤਾਂ ਇਹੀ ਅੱਜ ਕਹਾਂਗਾ ਕਿ ਮੈਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਮੈਨੂੰ ਇਹ ਸੇਵਾ ਜਿਹੜੀ ਹੈ ਕਰਨ ਦਾ ਜਿਹੜਾ ਮੌਕਾ ਦਿੱਤਾ ਸਤਿਗੁਰੂ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ 10 ਸਾਲਾਂ ਤੋਂ ਉਪ ਪ੍ਰਧਾਨ ਚੱਲੇ ਆ ਰਹੇ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣਾ ਸਿਆਸੀ ਸਫ਼ਰ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸ਼ੁਰੂ ਕੀਤਾ। ਸਾਲ 1985, 1997, 2002 'ਚ ਧਨੌਲਾ ਤੋਂ ਵਿਧਾਇਕ ਰਹੇ ਅਤੇ ਸਾਲ 2000 'ਚ ਬਾਦਲ ਸਰਕਾਰ 'ਚ ਸੂਬੇ ਤੇ ਸਿੰਚਾਈ ਮੰਤਰੀ ਬਣੇ। ਸਾਲ 2011 'ਚ ਧੂਰੀ ਤੋਂ ਵਿਧਾਇਕ ਬਣੇ ਅਤੇ ਲੌਂਗੋਵਾਲ ਤੋਂ ਸਾਲ 2011 ਤੋਂ ਲਗਾਤਾਰ SGPC ਦੇ ਮੈਂਬਰ ਬਣੇ ਹੋਏ ਹਨ। ਸਾਲ 1987 'ਚ ਮਾਰਕਫੇਡ ਦੇ ਚੇਅਰਮੈਨ ਅਤੇ ਸਾਲ 2009 'ਚ ਸੰਗਰੂਰ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।